ਅਲਫਾ ਵਨ ਮੋਲ ਦੇ ਵਿੱਚ ਆਏ ਹਾਂ ਜੀ, ਫਿਲਮ ਵੇਖਣ ਆਏ ਹਾਂ। ਫਿਲਮ ਬੜੀ ਸੋਹਣੀ ਲੱਗੀ ਹੈ, ਛਿੰਦਾ ਛਿੰਦਾ, ਅਤੇ ਭੁੱਖ ਵੀ ਬੜੀ ਲੱਗੀ ਹੈ। ਅਤੇ ਹੁਣ ਅਲਫਾ ਵਨ ਮੋਲ 'ਚ ਜਾਂਦੇ ਹਾਂ, ਫਿਲਮ ਨਵੇਂ ਲੈਂਦੇ ਹਾਂ। ਅਤੇ ਇਹਨਾਂ ਨੇ ਨਵਾਂ ਸਿਸਟਮ ਕੀਤਾ ਸਾਰਾ ਕੁਛ ਔਨਲਾਈਨ ਆਪਾਂ ਕਰਾਉਂਦੇ ਹਾਂ। ਬਾਈ ਅੱਜ ਆਪਾਂ ਟਰਾਈ ਕਰਾਂਗੇ KFC ਦਾ ਚਿਕਨ ਬਰਗਰ, ਜਿਹੜਾ ਪ੍ਰਾਈਜ਼ ਹੈ 472 ਰੁਪਏ ਦਾ ਕੋਂਬੋ। ਨਾਲ ਸਾਨੂੰ ਮਿਲਿਆ ਚਿਕਨ ਨਗਟਸ, ਦੇਖੋ ਬਰਗਰ ਦੀ ਤੁਹਾਨੂੰ ਆਪਾਂ ਫਿਲਮ ਦੇ ਵਿੱਚ ਜਿਹੜੇ ਇੱਕ ਦੋ ਸੀਨ ਆ ਵਧੀਆ ਵਧੀਆ ਹਾਸੇ ਵਾਲੇ ਉਹ ਵੀ ਵਿਖਾਵਾਂਗੇ। ਅਤੇ ਮਿਲਦੇ ਹਾਂ ਹੁਣ। ਟਿਕਟ ਪਈ ਜੀ 440 ਦੀ। ਇਹ ਜੀ ਫਿਲਮ ਛਿੰਦਾ ਛਿੰਦਾ ਨੋ ਪਾਪਾ ਗਿੱਪੀ ਗਰੇਵਾਲ ਜੀ ਨਾਲ ਉਹਨਾਂ ਦੇ ਬੇਟੇ। ਬਾਈ ਛਿੰਦਾ ਛਿੰਦਾ ਮੂਵੀ ਦੇ ਵਿੱਚ ਦੱਸਿਆ ਗਿਆ ਕਿ ਕਿਵੇਂ ਕੈਨੇਡਾ ਦੇ ਬੱਚੇ ਆ ਮਾੜੀ ਜਿਹੀ ਕੁੱਟ ਪੈਣ 'ਤੇ ਵੀ ਆਪਣੇ ਮਾਂ ਪਿਓ ਦੇ ਖਿਲਾਫ ਕੰਪਲੇਂਟ ਦਿਖਾ ਦਿੰਦੇ ਆ, ਅਤੇ ਨਾਲ ਹੀ ਨਾਲ ਪੰਜਾਬੀ ਬੱਚੇ ਭਾਵੇਂ ਜਿੰਨੇ ਮਰਜ਼ੀ ਕੁੱਟ ਜਿਵੇਂ ਆਪਾਂ ਵੀ ਖਾਧੀ ਆ, ਅਤੇ ਮਾਸਾ ਵੀ ਆਪਣੇ ਮਾਂ ਪਿਓ ਦੇ ਖਿਲਾਫ ਕੰਪਲੇਂਟ ਨਹੀਂ ਖਾਂਦੇ। ਅਤੇ ਇਸ ਤਰੀਕੇ ਨਾਲ ਉਹਨਾਂ ਨੇ ਹਾਂ ਵੀ ਪੰਜਾਬੀ ਸੱਭਿਆਚਾਰ ਨੂੰ ਸ਼ੋਅ ਕਰਾਇਆ ਕਿ ਪੰਜਾਬੀ ਸੱਭਿਆਚਾਰ ਜਿਹੜਾ ਕਿ ਬੱਚੇ ਪੰਜਾਬ ਦੇ ਵਿੱਚ ਪਲਦੇ ਆ ਉਹ ਕਾਫੀ ਹੱਦ ਤੱਕ ਆਪਣੇ ਮਾਂ ਪਿਓ ਦੀ ਰਿਸਪੈਕਟ ਕਰਦੇ ਆ। ਉਸ ਤੋਂ ਭਾਵ ਕਿ ਕੈਨੇਡਾ ਦੇ ਵਿੱਚ ਜਿਹੜੇ ਬੱਚੇ ਪਲਦੇ ਆ ਉਹ ਆਪਣੇ ਮਾਂ ਪਿਓ ਦੀ ਬਿਲਕੁਲ ਰਿਸਪੈਕਟ ਨਹੀਂ ਕਰਦੇ। ਰਿਸਪੈਕਟ ਕਰਦੇ ਵੀ ਹੋਣਗੇ ਪਰ ਮਤਲਬ ਪੁਲਿਸ ਦੇ ਹਿਸਾਬ ਨਾਲ ਉਹਨਾਂ ਨੇ ਕੰਪਲੇਂਟ ਵਗੈਰਾ ਲਿਖਾ ਦਿੰਦੇ ਆ। ਬਾਕੀ ਇੱਥੇ ਆਪਣੇ ਮਾਂ ਪਿਓ ਨੂੰ ਥਾਣੇ ਤੱਕ ਦਾ ਕਿ ਦੂਰ ਦੂਰ ਤੱਕ ਥਾਣੇ ਦੇ ਰਾਹ ਵੇਖਣ ਨੂੰ ਨਹੀਂ ਮਿਲਦਾ। ਸੱਚ ਜਿੱਥੇ ਤੁਸੀਂ ਸੁਣਿਆ ਹੋਣਾ ਕਿ ਹਾਂ ਵੀ 90% ਸੇਲ ਲੱਗੀ ਆ, ਅੱਜ ਅਸੀਂ ਅੰਦਰ ਜਾ ਕੇ ਦੇਖਦੇ ਹਾਂ ਹਯਾਤ ਦੇ ਵਿੱਚ ਕਿ ਕਿਵੇਂ ਉਹਦੇ ਕੱਪੜੇ ਮਿਲਣ ਦੇ ਆ, 90% ਸੇਲ ਹੈਗੀ ਵੀ ਹੈ ਕਿ ਨਹੀਂ। ਅਤੇ ਹੁਣ ਅੰਦਰ ਜਾ ਕੇ ਤੁਹਾਨੂੰ ਵਿਖਾਉਂਦੇ ਹਾਂ ਕਿੱਦਾਂ ਦੇ ਬ੍ਰਾਂਡ ਹੈ, ਕਿੱਦਾਂ ਦੀ ਸੇਲ ਲੱਗੀ ਆ। ਕਿ ਦਾ ਮਾਲ ਆਫ ਅੰਮ੍ਰਿਤਸਰ ਦੇ ਬਿਲਕੁਲ ਨੈਕਸਸ ਦੇ ਸਾਹਮਣੇ ਹਯਾਤ, ਅਤੇ ਹੁਣ ਅੰਦਰ ਜਾ ਕੇ ਦੇਖਦੇ ਹਾਂ। ਬਾਈ ਇਹ ਵੇਖ ਸਕਦੇ ਜੀ ਸਟਾਰਟਿੰਗ ਜਿਹੜਾ ਰੇਟ ਹੈਗਾ ਵਾ 49 ਤੋਂ ਸਟਾਰਟ ਆ। ਬਾਈ ਇਸ ਤੋਂ ਬਾਅਦ ਅਸੀਂ ਅੰਦਰ ਵੜ ਕੇ ਵੇਖਿਆ ਅਤੇ ਤੁਸੀਂ ਅੰਦਰ ਵੇਖੋਗੇ ਤੇ ਲੇਡੀਜ਼ ਗਾਰਮੈਂਟ ਦਾ ਇੱਕ ਸ਼ੋਰੂਮ ਵਗੈਰਾ ਸਾਰਾ ਸੈਪਰੇਟ ਬਣਿਆ ਹੋਇਆ। ਇੱਧਰ ਸਾਰੇ ਲੇਡੀਜ਼ ਦੇ ਤੁਸੀਂ ਦੇਖ ਸਕਦੇ ਹੋ ਕੱਪੜੇ ਵਗੈਰਾ ਸਾਰੇ। ਪਰ ਜਿਹੜੀ ਗੱਲ ਕੀਤੀ ਗਈ ਇੱਥੇ ਬ੍ਰਾਂਡ ਦੀ, ਬ੍ਰਾਂਡ ਇੱਥੇ ਕੋਈ ਵੀ ਨਹੀਂ ਆ, ਬਿਲਕੁਲ ਕੋਈ ਬ੍ਰਾਂਡ ਨਹੀਂ ਆ, ਸਾਰਾ ਨੋਰਮਲ ਸਾਰਾ ਸਮਾਨ ਪਿਆ ਵਾ। ਤੁਸੀਂ ਦੇਖ ਸਕਦੇ ਜੀ ਇੱਥੇ ਟਾਵਲ ਵਗੈਰਾ ਵਾ ਸਾਰੇ, ਜਿਵੇਂ ਬਾਹਰ ਪ੍ਰਾਈਜ਼ ਮਿਲਦੇ ਸੇਮ ਉਹੀ ਆ, ਕੋਈ ਬ੍ਰਾਂਡ ਦੀ ਚੀਜ਼ ਨਹੀਂ ਲੱਗੀ। ਕੋਈ ਕਹਿ ਰਿਹਾ ਹੈ ਕਿ ਬ੍ਰਾਂਡ ਦੇ ਪੂਮਾ ਐਡੀਡਾਸ ਜੇ ਵੋ, ਕੋਈ ਇਹੋ ਜਿਹੀ ਚੀਜ਼ ਨਹੀਂ ਹੈਗੀ ਆ। ਤੇ ਜਿਹੜੀ ਗੱਲ ਕੀਤੀ ਕਿ 49 ਤੋਂ ਸਟਾਰਟ ਹੈ ਉਹ ਵੀ ਕੋਈ ਇਹੋ ਜਿਹੀ ਹੈ, ਤੁਸੀਂ ਦੇਖ ਸਕਦੇ ਹੋ 700-700 ਰੁਪਏ ਦੀ ਟੀ ਸ਼ਰਟ ਆ ਜਿਹੜੀ ਸਾਨੂੰ ਬਾਹਰ ਵੀ ਮਿਲ ਜਾਂਦੀ ਆਰਾਮ ਨਾਲ, ਤੇ ਕੋਈ ਵੀ ਬ੍ਰਾਂਡ ਦੀ ਟੀ ਸ਼ਰਟ ਨਹੀਂ ਗੀ। ਚੈਨਲ ਪੇਜਾਂ 'ਤੇ ਪ੍ਰਮੋਸ਼ਨ ਤੇ ਕਰ ਦਿੰਦੇ ਆ ਪਰ ਇਹਦਾ ਫਾਇਦਾ ਕੋਈ ਨਹੀਂ ਹੈ। ਤੁਸੀਂ ਦੇਖ ਸਕਦੇ ਇੱਥੇ ਨੋਰਮਲ ਪਰਫਿਊਮ ਡੀਓਰ 450-450, 150-150 ਰੁਪਏ ਦੇ ਆ, ਬੱਚਿਆਂ ਦੀ ਪਾਣੀ ਦੀਆਂ ਬੋਤਲਾਂ ਜਿਨ੍ਹਾਂ 'ਤੇ ਕੋਈ ਵੀ ਮਟੀਰੀਅਲ ਖਾਸ ਨਹੀਂ ਲੱਗਾ ਆ। ਅਤੇ ਉਸ ਤੋਂ ਬਾਅਦ ਇੱਥੇ ਜੈਂਟਸ ਦਾ ਜਿਹੜਾ ਸ਼ੋਰੂਮ ਹੈ ਤੁਸੀਂ ਵੇਖ ਸਕਦੇ ਹੋ ਕਿ ਜੈਂਟਸ ਦਾ ਸ਼ੋਰੂਮ ਸਾਰਾ ਸੈਪਰੇਟ, ਉਹ ਵੀ ਅਲੱਗ ਬਣਿਆ ਆ। ਅਤੇ ਇੱਥੇ ਆ ਕੇ ਆਪਾਂ ਦੇਖਿਆ ਕਿ ਇੱਥੇ ਵੀ ਕੋਈ ਬ੍ਰਾਂਡ ਦੀ ਚੀਜ਼ ਨਹੀਂ ਲੱਗੀ ਹੋਈ। ਇੱਥੇ ਨੋਰਮਲ ਦੇਖ ਸਕਦੇ ਹੋ ਤੁਸੀਂ ਬਕਟ ਵਗੈਰਾ ਦੇਖ ਸਕਦੇ ਹੋ, ਬੱਚਿਆਂ ਦੀ ਬਕਟ ਹੈਗੀਆਂ ਸਮਾਨ ਵਗੈਰਾ ਰੱਖਣ ਲਈ, ਅਲੱਗ ਅਲੱਗ ਪ੍ਰਾਈਜ਼ ਦੀਆਂ ਬਕਟ ਆ। ਕੋਈ ਖਾਸ ਜੇ ਤੁਸੀਂ ਕਹੋਗੇ ਕਿ ਲੈਸ ਕਰਕੇ ਕੋਈ ਚੀਜ਼ ਆ ਉਹ ਕੋਈ ਬਿਲਕੁਲ ਨਹੀਂ ਹੈਗੀ ਇੱਥੇ। ਅਤੇ ਉਸ ਤੋਂ ਬਾਅਦ ਜੀ ਅਸੀਂ ਵੇਖਦੇ ਅਸੀਂ ਆਏ ਜੀ, ਤੁਸੀਂ ਇੱਥੇ ਦੇਖ ਸਕਦੇ ਹੋ ਕਿ ਕਿਵੇਂ ਇੱਥੇ ਸਟੂਲ ਵਗੈਰਾ ਦੇ ਰੇਟ ਵੀ ਕਿੰਨੇ ਹਾਈ ਪ੍ਰਾਈਜ਼ ਦੇ, 800 ਰੁਪਏ ਦਾ ਇੱਕ ਪੀਸ ਆ, 2 1600 ਰੁਪਏ ਦੇ ਆ। ਕਰਦੇ ਕਰਦੇ ਆਪਾਂ ਬੂਟ ਵੱਲ ਚੱਲ ਗਏ। ਬੂਟ ਤੁਸੀਂ ਬ੍ਰਾਂਡ ਦੇ ਕੀ ਦੇਖਣਾ, ਸਾਨੂੰ ਇੱਕ ਬੂਟ ਵੇਖਿਆ ਤਾਂ ਇਹ ਦੇਖੋ ਟੱਟੀ ਰੰਗਾ ਬੂਟ, ਬੂਟ ਦਾ ਹਾਲ ਵੇਖੋ ਕੋਈ ਆ ਬੂਟ ਹੈ, ਲੰਡੇ ਬਾਜ਼ਾਰ ਤੋਂ ਵੀ ਮਾੜੇ ਬੂਟ ਇੱਥੇ ਲੱਗੇ ਹੋਏ ਆ। ਇਹ ਦੇਖੋ ਤੁਸੀਂ, ਕੋਈ ਖਾਸ ਮਟੀਰੀਅਲ ਨਹੀਂ ਆ, ਕੋਈ ਇੱਥੇ ਫਾਲਤੂ, ਸਭ ਕੁਝ ਫਰੋਡ ਹੈਗਾ ਜੀ। ਇੱਥੇ ਚੈਨਲ ਪੇਜਾਂ ਨੇ ਪ੍ਰਮੋਸ਼ਨ ਕਰਨ ਦੇ ਪੈਸੇ ਲੈ ਲੈਂਦੇ ਆ ਜੀ। ਅਤੇ ਨਿਕਰਾਂ ਵੇਖ ਹੀ ਸਕਦੇ ਜੀ, ਨਿਕਰਾਂ ਦੇ ਕੀ ਆ ਜੀ, ਇੱਕੋ ਰੰਗ ਦੇ ਬਰਾਊਨ ਰੰਗ ਨਾਲ।
ਇਹ ਬੋਤਲ ਜੀ ਲੈਣ ਦੀ ਕੋਸ਼ਿਸ਼ ਕੀਤੀ, ਪਰ ਇਹ ਵੇਖੋ ਤੁਸੀਂ ਸਾਰਾ ਖਾਲੀ ਪਿਆ ਵਾ, ਕੋਈ ਆਉਂਦੇ ਸਾਰੇ ਪਏ ਆ, ਪਰ ਲੈ ਕੇ ਕੋਈ ਕੁਛ ਨਹੀਂ ਜਾ ਰਿਹਾ, ਬਸ ਰਸ਼ ਹੈ ਜੀ, ਸਾਰਾ ਆਸ ਪਾਸ ਲੰਘਣ ਦਿਆ ਰਸ਼ ਹੈ ਜੀ, ਕੋਈ ਇਹੋ ਜਿਹੀ ਚੀਜ਼ ਨਹੀਂ ਹੈ। ਤੋ ਬਾਹਰ ਹਵਾ ਹਾਰ ਕੇ ਇਹਨਾਂ ਨੇ ਬਸ ਜੀ ਇੱਕ ਗੱਡੀ ਦੀ ਲਾਈ ਹੋਈ ਜੀ ਪ੍ਰਮੋਸ਼ਨ ਜੀ। ਅੰਮ੍ਰਿਤਸਰ 'ਚ ਤੁਸੀਂ ਵੇਖ ਸਕਦੇ ਹੋ ਜੀ ਅਲਫਾ ਵਨ ਮੋਲ ਦੇ ਵਿੱਚ ਬੱਚਿਆਂ ਦਾ ਪ੍ਰੋਪਰ ਗੇਮਿੰਗ ਸੈਂਟਰ ਬਣ ਗਿਆ ਹੈ ਜੀ। ਅੰਮ੍ਰਿਤਸਰ ਦੇ ਵਿੱਚ ਬੱਚਿਆਂ ਦੇ ਨਾਲ ਨਾਲ ਇੱਥੇ ਸਿਆਣੇ ਵੀ ਗੇਮਾਂ ਖੇਡਦੇ ਜੀ। ਤੁਸੀਂ ਦੇਖ ਸਕਦੇ ਜੀ ਬੱਚੇ ਕਿਵੇਂ ਖੇਡਦੇ ਆ, ਨਾਲ ਨਿਆਣੇ ਵੇਖੋ, ਆਹ ਵੇਖੋ ਸਿਆਣੇ ਵੀ ਖੇਡ ਰਹੇ ਆ ਜੀ ਗੇਮ ਬੱਚਿਆਂ ਦੇ ਨਾਲ। ਦੇਖੋ ਇੱਧਰ ਸਰਦਾਰ ਵੀ ਇੱਧਰ ਵੇਖੋ ਜੀ ਬੋਲ ਪਾ ਰਹੇ ਜੀ, ਅਤੇ ਲਓ ਜੀ ਚਲੋ ਹੁਣ ਤੁਸੀਂ ਵੇਖ ਸਕਦੇ ਹੋ ਬੱਚਿਆਂ ਨੇ ਹੋਰ ਵੀ ਇੱਥੇ ਕਾਫੀ ਗੇਮਾਂ ਨੇ, ਰਿੰਗਸ ਵਗੈਰਾ, ਉਸ ਤੋਂ ਬਾਅਦ ਦੇਖੋ ਬਾਸਕਿਟਬੋਲ ਜੀ, ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜੀ ਕਿਵੇਂ ਇੱਥੇ ਜੀ ਲੇਡੀਜ਼ ਆਪਣੇ ਉਹ ਕਰ ਰਹੇ, ਮਸਾਜ ਲੈ ਰਹੇ ਆ, ਹੋਰ ਵੀ ਕਾਫੀ ਗੇਮ ਨੇ, ਅਤੇ ਤੁਸੀਂ ਇੱਥੇ ਜ਼ਰੂਰ ਵਿਜ਼ਿਟ ਕਰੋ ਜੀ, ਅਤੇ ਨਾਲ ਦੀ ਨਾਲ ਇੱਥੇ ਖਾਣ ਪੀਣ ਦਾ ਤੁਹਾਨੂੰ ਤੁਸੀਂ ਦੇਖ ਹੀ ਸਕਦੇ ਹੋ।